ਕਰੋ ਮਾਸ਼ਾਅੱਲਾ ਜੀ ਹੁਸਨ ਵੇਖਣਾ ਕੁਆਲਿਟੀ ਚੈੱਕ ਕਰਨੀ ਹੈ ਵੀ ਚੁੰਗੀ ਹੈ ਪਹਿਲਾਂ ਨੇ ਦੋ ਦੰਦ ਦੇ ਮਾਸ਼ਾਅੱਲਾ ਜੀ ਨੰਬਰ 4 ਤੇ ਚੈੱਕ ਕਰਨੇ ਆ ਪੀੜੀ ਤੇ ਪਾਵੇ ਲੱਗੀ ਹੁਣ ਤੇ ਥਾਣੇ ਆ ਵੀ ਮਾਸ਼ਾਅੱਲਾ ਜੀ ਸੋਹਣੇ ਨੇ ਢੋਰੇ ਭਾਈ ਜਾਨ ਕਿੰਨਾ ਕੁ ਬੋਲਿਆ ਭੱਟੋ ਸਾਹਿਬ ਦੇ ਕੋਲ ਬੋਲਾ ਜੀ ਪੁੱਠਾ ਵੀ ਦੋਸਤਾਂ ਵੇਖ ਲੈਣਾ ਕਰਮ ਵਾਲੀਆਂ ਦੋ ਹੀ ਨੇ ਪਿੱਛੇ ਦੇ ਵੱਛੀ ਹੈ ਮਾਸ਼ਾਅੱਲਾ ਜੀ ਢੋਰੋ ਭਾਈ ਜ਼ਰਾ ਢੋਰ ਕੇ ਲਿਆਓ ਪੂਰੀ ਤਸੱਲੀ ਕਰਾਓ ਕੀ ਹੋ ਗਿਆ ਤੁਹਾਨੂੰ ਕੀ ਨਸਲ ਹੈ ਜੀ ਭੱਟੋ ਸਾਹਿਬ ਦੀ ਜਨਵਰੀ ਨੂੰ ਠੀਕ ਹੈ ਅੱਜ 10 ਯਾਨੀ ਕਿ ਹਲੇ ਵੀ 15 ਦਿਨ ਬਾਕੀ ਨੇ ਲੇਕਿਨ ਮਾਸ਼ਾਅੱਲਾ ਜੀ ਖਿਲਾਰੇ ਭਾਈ ਜਾਨ ਅਸਲਾਮੁਅਲੈਕੁਮ ਸਜਣੋ ਤੇ ਬੈਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਬੁੱਧ ਦਾ ਤੇ ਇਸ ਟਾਈਮ ਸਿਆਲਕੋਟ ਦੇ ਨਾਮੂਅਰ ਤਜਰਬਾਕਾਰ ਵਪਾਰੀ ਅਮਾਨਤ ਉਰਫ ਭੱਟੋ ਸਾਹਿਬ ਦੇ ਡੇਰੇ ਤੋਂ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਪਹਿਲੀ ਵੀਡੀਓ ਦੀ ਜ਼ਬਰਦਸਤ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਭੱਟੋ ਸਾਹਿਬ ਅੱਜ ਦੀ ਇਸ ਵੀਡੀਓ 'ਚ ਦੋਸਤਾਂ ਵਾਸਤੇ 7 ਖੂਬਸੂਰਤ ਟਾਪ ਕਲਾਸ ਅਸਲੀ ਤੇ ਨਸਲੀ ਸ਼ੌਕੀਆ ਗਾਵਾਂ ਲੈ ਕੇ ਆਏ ਨੇ ਜਿਨ੍ਹਾਂ 'ਚ ਮਾਸ਼ਾਅੱਲਾ ਜੀ 4 ਪਹਿਲਨ ਵਹਿੜਾਂ ਵੀ ਮੌਜੂਦ ਨੇ ਕਮ ਅਜ਼ ਕਮ ਕੀਮਤ ਹੈ ਜੀ 2,45,000 ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਆ ਭਾਈ ਅਮਾਨਤ ਸਾਹਿਬ ਆਓ ਜੀ ਸਾਹਮਣੇ ਜੀ ਅਸਲਾਮੁਅਲੈਕੁਮ ਭਾਈ ਫਿਰ ਕੀ ਹਾਲ ਹੈ ਠੀਕ ਹੋ ਜੀ ਅੱਲਾਹ ਪਾਕ ਦਾ ਬੜਾ ਸ਼ੁਕਰ ਉਹਦੀ ਜ਼ਾਤ ਦਾ ਕਰਮ ਹੈ ਭਾਈ ਅਮਾਨਤ ਤੁਸੀਂ ਸੁਣਾਓ ਠੀਕ ਹੋ ਸਭ ਹਰੀਅਤ ਬੜੀ ਅੱਲਾਹ ਪਾਕ ਦੀ ਰਹਿਮਤ ਤੁਸੀਂ ਸੁਣਾਓ ਠੀਕ ਠਾਕ ਮਾਸ਼ਾਅੱਲਾ ਜੀ ਪਿਛਲੀ ਵੀਡੀਓ ਪਹਿਲੀ ਵੀਡੀਓ ਸੀ ਜਨਾਬ ਦੀ ਕਾਰੋਬਾਰ ਤੁਹਾਡਾ ਪੁਰਾਣਾ ਦੋਸਤਾਂ ਨੇ ਸਾਡੀ ਤੁਹਾਕੋ ਉਮੀਦ ਤੋਂ ਜ਼ਿਆਦਾ ਪਸੰਦ ਕੀਤੀ ਹੈ ਮਾਲ ਵੀ ਚੰਗਾ ਸੀ ਅੱਜ ਵੀ ਮਾਸ਼ਾਅੱਲਾ ਜੀ ਮਾਲ ਸੋਹਣਾ ਲੈ ਕੇ ਆਏ ਦੋਸਤਾਂ ਨੂੰ ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਤਾਰਫ ਕਰਵਾ ਦਿਓ ਸਰ ਜ਼ਿਲ੍ਹਾ ਸਿਆਲਕੋਟ ਤਹਿਸੀਲ ਪਸੂਰ ਡਾਕਖਾਨਾ ਥਾਣਾ ਫਲੋਰਾ ਚੌਕ ਦੇ ਬਿਲਕੁਲ ਅੱਗੇ ਗ੍ਰੇਡ ਸਟੇਸ਼ਨ ਮੇਨ ਬੈਗ ਤੇ ਨਾ ਮੇਰਾ ਡੇਰਾ ਠੀਕ ਹੈ ਚਵਿੰਡੇ 2-2.5 ਕਿਲੋਮੀਟਰ ਦੇ ਭਾਗੋਵਾਲ ਤੋਂ 4 ਕਿਲੋਮੀਟਰ ਦੇ ਜੀ ਬਿਹਤਰ ਹੋ ਗਿਆ ਠੀਕ ਹੋ ਗਿਆ ਅਤੇ ਅੱਲਾ ਦੇ ਫਜ਼ਲੋ ਕਰਮ ਨਾਲ ਜਿਵੇਂ ਅੱਗੇ ਮਾਲ ਵੇਚਿਆ ਇਨਸ਼ਾਅੱਲਾ ਉਸ ਤੋਂ ਵੀ ਬਿਹਤਰ ਮਾਲ ਲਿਆਂਦਾ ਠੀਕ ਹੈ ਮੇਰੇ ਭਾਈਆਂ ਨੇ ਕਿ ਮੇਰੇ ਕੋਲ ਸ਼ਾਮ ਨੂੰ ਮਾਲ ਸਾਰਾ ਖਰੀਦ ਛੜਿਆ ਸੀ ਮਾਸ਼ਾਅੱਲਾ ਠੀਕ ਹੈ ਇੱਕ ਮੇਰੇ ਕੋਲ ਵੈੜੀ ਬਚੀ ਪਹਿਲੇ ਨੰਬਰ ਵਾਲੀ ਉਹਦਾ 10,000 ਬਿਆਨਾ ਉਹਦਾ ਮੈਂ 8 ਦਿਨ ਵੇਟ ਕੀਤਾ ਠੀਕ ਅੱਜ ਮੈਂ ਵੈੜੀ ਮਜਬੂਰੀ ਵਾਸਤੇ ਅੱਜ ਫਿਰ ਵੀਡੀਓ ਪਾਈ ਮੈਂ ਠੀਕ ਹੈ ਹੋਰ ਮਾਰੋ ਕੈਮਰਾ ਵਿੱਚ ਕੋਈ ਗਾ ਰਹਿ ਤੇ ਗਈ ਤੁਸੀਂ ਆਪਣੀ ਗੱਲ ਤੇ ਪੂਰਾ ਪਹਿਰਾ ਦਿੱਤਾ ਵੇ ਬਿਆਨਾ ਭਾਈ ਰਾਂ ਕੀਤਾ ਸੀ ਲੇਕਿਨ ਬਿਆਨਾ ਦੇ ਕੇ ਆ ਮਕਸਦ ਨਹੀਂ ਕਿ ਬੰਦਾ 10 ਦਿਨ ਬਾਅਦ ਚੋਂ ਪਰਤੇ ਨਾ ਬਿਆਨੇ ਦਾ ਮਕਸਦ ਹੈ ਇਹ ਕਿ ਜਿਹੜਾ ਜਾਨਵਰ ਅੱਜ ਉਹਨਾਂ ਦਾ ਬਿਆਨਾ ਵੀ ਮਾਸ਼ਾਅੱਲਾ ਉਹਨਾਂ ਦਾ ਵਾਪਸ ਕਰ ਦੇਣਾ ਠੀਕ ਹੈ ਬਿਆਨਾ ਵਾਪਸ ਕਰ ਦੇਣਾ ਮੈਨੂੰ ਕੋਈ ਲੋੜ ਨਹੀਂ ਜੀ ਬਿਹਤਰ ਹੋ ਗਿਆ ਬਿਆਨਾ ਵੀ ਤਾਂ ਮਾਸ਼ਾਅੱਲਾ ਵਾਪਸ ਕਰਨਾ ਹੈ ਠੀਕ ਹੈ ਜੀ ਇਹ ਫਲੋਰੇ ਚੌਂਕ ਦੇ ਬਿਲਕੁਲ ਹੀ ਨਜ਼ਦੀਕ ਡੇਰਾ ਵੇ ਇਹ ਸਾਹਮਣੇ ਗ੍ਰਿਡ ਸਟੇਸ਼ਨ ਹੈ ਤੇ ਇਹ ਨਾਲ ਹੀ ਜੀ ਡੇਰਾ ਭੱਟੋ ਸਾਹਿਬ ਦਾ ਤੇ ਕਰਾਈਏ ਸ਼ੌਕ ਕਰਾਓ ਜੀ ਮਾਸ਼ਾਅੱਲਾ ਆਓ ਜੀ ਪਿਆਰੇ ਭਾਈ ਲੈ ਕੇ ਆਓ ਰੇਟ ਅੱਜ ਵੀ ਭੱਟੋ ਸਾਹਿਬ ਕੋਸ਼ਿਸ਼ ਕਰਨੀ ਹੈ ਕਿ ਸੋਹਣੇ ਰੇਟ ਹੋਣ ਜੀ ਸਾਰੇ ਇਨਸ਼ਾਅੱਲਾ ਅੱਲਾ ਦੇ ਫਜ਼ਲੋ ਕਰਮ ਮਜ਼ਾ ਆਏਗਾ ਜੀ ਇਨਸ਼ਾਅੱਲਾ ਮਾਸ਼ਾਅੱਲਾ ਜੀ ਬੈਡ ਨੰਬਰ 1 ਆ ਗਈ ਹੈ ਥਣ ਸੋਹਣੇ ਭਾਈ ਆ ਲੰਮੀ ਟੋਰ ਤੇ ਦਰਵਾਜ਼ੇ ਨੂੰ ਖੜਨੀ ਹੈ ਜੀ ਥਣ ਸੋਹਣੇ ਲੱਗੇ ਨੇ ਪਾਵਰਫੁਲ ਮਾਸ਼ਾਅੱਲਾ ਜੀ ਥਣ ਵੀ ਦੋਸਤਾਂ ਵੇਖਦੇ ਨੇ ਠੀਕ ਹੋ ਗਿਆ ਮੈਂ ਟੋਰੇ ਭਾਈ ਦਾ ਲੰਮੀ ਟੋਰ ਜੀ ਗੱਬਾ ਨੇ ਇਹ ਹਲੇ ਕੱਚੀ ਹੈ ਭੱਟੋ ਸਾਹਿਬ ਜੀ ਸਾਹਿਬ ਦਿਨ ਕਿੰਨੇ ਕੁ ਲੈ ਰਹੀ ਹੈ ਤੇ ਸਵੇਰ ਕਿੰਨਾ ਸੋਹਣਾ 8-7 ਦਿਨ ਲੈਗੀ ਠੀਕ ਹੈ ਠੀਕ ਹੈ ਮਾਸ਼ਾਅੱਲਾ ਜਿਵੇਂ ਸਾਰੀ ਵੈੜੀ ਬਣੀ ਹੈ ਇਸ ਤੋਂ ਵੀ ਜ਼ਿਆਦਾ ਵੀ ਮੈਂ ਬਣ ਜੀ ਗੱਲਾਂ ਦੇ ਫਲੋ ਕਰਾਂ ਇਹ ਫਿਲਹਾਲ ਕੱਚੀ ਹੈ ਆਰਡਰ ਕੁਆਲਿਟੀ ਦੋਸਤਾਂ ਵੇਖਣੀ ਹੈ ਦਿਨ ਤਕਰੀਬਨ 7-8 ਲੈਂਦੀ ਹੈ ਭਾਈ ਪਰਤਾ ਕੇ ਲਿਆਓ ਜੀ ਨੰਬਰ 1 ਤੇ ਚੈੱਕ ਕਰਾਨੇ ਆ ਪੇ ਸੁਵਾ ਦੂਸਰਾ ਸੁਣਿਆ ਭੱਟੋ ਸਾਹਿਬ ਨੇ ਨਸਲ ਕੀ ਜੀ ਦੀ ਨਸਲ ਜੀ ਬਲੈਤਰ ਤੇ ਚੋਲਸਤਾਨੀ ਬਲੈਤੀ ਤੇ ਚੋਲਸਤਾਨੀ ਕਰਾਸ ਹੈ ਗਰਮੀਆਂ 'ਚ ਗਰਮੀ ਵੀ ਨਹੀਂ ਕਰੇਦੀ ਜਿਹੜਾ ਦੁੱਧ ਇਨਸ਼ਾਅੱਲਾ ਉਹ ਵੀ ਫੈਟ ਵਾਲਾ ਹੁੰਦਾ ਭਾਈ ਖਿਲਾ ਰਿਹਾ ਜੀ ਲਾਵੀ ਦੋਸਤਾਂ ਵੇਖ ਲੈਣੀ ਹੈ ਬਾਡੀ ਸਕੋਰ ਚੰਗਾ ਵੇ ਕਰਾਸ ਬਰੀਡ ਹੈ ਮਾਸ਼ਾਅੱਲਾ ਜੀ ਥਾਣ ਵੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਆ ਦਿਨ ਤਕਰੀਬਨ 7-8 ਲੈਂਦੀ ਹੈ ਠੀਕ ਹੈ ਭਾਈ ਲੰਮੀ ਟੋਰ ਕੇ ਲੈ ਚਲੋ ਮਾਸ਼ਾਅੱਲਾ ਜੀ ਜੀ ਭੱਟੋ ਸਾਹਿਬ ਕੀ ਰੇਟ ਹੈ ਜੀ ਵੈੜ ਨੰਬਰ 1 ਦਾ ਸਰ ਜੀ ਵੈੜੀ ਦੇ ਜਿੰਨੇ ਮਰਜ਼ੀ ਪੈਸੇ ਮੰਗ ਲਈਏ ਸੋਹਣਾ ਰੇਟ ਭੱਟੋ ਸਾਹਿਬ ਰੇਟ ਸੋਹਣਾ ਰੇਟ ਅਲਹਮਦੁਲਿਲਾ ਇੰਜ ਲਾਹੜਾਂਗੇ ਕਿ ਫਿਰ ਯਾਦਗਰੀ ਮੇਰੀ ਕੋਈ ਦੋਸਤਾਂ ਸ਼ਾਮੀ ਰਾਤੀ ਨਹੀਂ ਸੌਂਦੇ ਤਾਂ ਠੀਕ ਹੈ ਠੀਕ ਹੋ ਗਿਆ
ਦੋ ਚਵਾਈਆਂ ਬਾਈ ਲੰਮੀ ਟੋਰੋ ਜ਼ਰਾ ਸੋਵਾ ਦੂਸਰਾ ਸੂਈ ਹੈ ਨੰਬਰ ਦੋ 'ਤੇ ਚੈੱਕ ਕਰਾਉਂਦੇ ਹਾਂ ਫਿਰ ਰਾਤ ਦੀ ਸੂਈ ਹੈ ਮਾਸ਼ਾਅੱਲਾ ਜੀ ਆਰਡਰ ਕੁਆਲਿਟੀ ਦੋਸਤਾਂ ਵੇਖਣੀ ਹੈ ਲਿਬਾਸ ਸੋਹਣਾ ਕੀਤਾ ਹੈ ਜੀ ਭੱਟਾ ਸਾਹਿਬ ਪਹਿਲੀਆਂ ਦੋ ਚਵਾਈਆਂ 'ਚ ਕਿੰਨਾ ਕੁ ਬੋਲਾ ਕੱਢਿਆ ਚੋਲਸਤਾਨੀ ਕਰਾਸ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ ਕਾਲੇ ਥਾਨ ਲੱਗੇ ਨੇ ਮਾਸ਼ਾਅੱਲਾ ਜੀ ਬਸ ਦੋਸਤਾਂ ਫਿਰ ਵੇਖ ਲੈਣਾ ਵੇ ਸੁਬਾ ਦੂਸਰਾ ਵੇ ਦੋ ਜੀ ਦੀਆਂ ਚਵਾਈਆਂ ਹੋਈਆਂ ਨੇ ਪਿੱਛੇ ਤੇ ਬੱਚਾ ਮਾਸ਼ਾਅੱਲਾ ਜੀ ਲਾਮੀ ਦੋਸਤਾਂ ਵੇਖਣੀ ਠੀਕ ਭਾਈ ਲੰਮੀ ਟੋਰ ਕੇ ਲੈ ਚਲੋ ਜੀ ਜੀ ਭੱਟਾ ਸਾਹਿਬ ਕੀ ਰੇਟ ਹੈ ਜੀ ਬੈਡ ਨੰਬਰ 2 ਦਾ ਬਾਈ ਜਾ ਤੁਸੀਂ ਬੰਨੋ ਜੀ ਇਹਦਾ ਬਣਾ ਕੇ ਕਰੋ 2,65,000 ਰੁਪਇਆ 2,65,000 ਨੰਬਰ 2 ਤੇ ਚੈੱਕ ਕਰਾਈਏ ਕੀਮਤ ਡਿਮਾਂਡ 2,65,000 ਮਾਸ਼ਾਅੱਲਾ ਜੀ ਅੱਗੇ ਭਾਈ ਲਿਆਓ ਜੀ ਨੰਬਰ 3 ਵਾਲੇ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਆ ਗਈ ਇਹ ਬਸ ਪਿਛਲੀ ਵੀਡੀਓ ਦੀ ਇਹਦਾ 10,000 ਬਿਆਨਾ ਆਇਆ ਹਾਂਜੀ ਇਹਦਾ 10,000 ਰੁਪਇਆ ਠੀਕ ਹੈ ਜੀ ਉਹ ਭਾਈ ਯਾਰਾਂ ਨੇ ਬਿਆਨਾ ਕੀਤਾ ਲੇਕਿਨ ਬਾਅਦ ਚੋਂ ਕੋਈ ਉਹਨਾਂ ਉਹ ਬੱਚਾ ਲਿਆ ਉੱਤਰ ਕਿੰਨਵਾ ਸੂਆ ਪਟਾ ਸਾਹਿਬ ਦਾ ਇਹ ਭਾਜੀ ਪਹਿਲਨ ਸੂਈ ਏ ਪਹਿਲਨ ਵੈੜ ਮਾਸ਼ਾਅੱਲਾ ਜੀ ਕਿੰਨੇ ਦੰਦ ਏ ਇਹ ਛਿੱਗੀ ਜੀ ਮੂੰਹ 6 ਦੰਦ ਏ ਥਣਾ ਦੀ ਵੰਡ ਪਿਆਰੀ ਹੈ ਜੀ ਜਿਵੇਂ ਪੀੜੀ ਦੇ ਪਾਣੀ ਜੀ ਹੁਣ ਦਿਨ ਕਿੰਨੇ ਕੋ ਹੋ ਗਏ ਨੇ ਸੂਆਂ ਨੂੰ ਇਹਨੂੰ ਹੈ ਜੀ 15 ਦਿਨ ਅੱਜ ਹੋ ਗਏ ਨੇ 15 ਕਿ ਦਿਨ ਹੋ ਗਏ ਨੇ ਨੰਬਰ 3 ਤੇ ਚੈੱਕ ਕਰਾਨੇ ਆ ਭਾਈ ਜਰਾ ਅਦਰ ਕਰੋ ਜਾ ਲੈ ਕੇ ਆਉ ਨਾਲ ਦੁੱਧ ਕਿੰਨਾ ਪਟ ਸਾਬਤ ਕੋਲ ਇਹਦੇ 12 ਸੇ ਦੁੱਧ ਜੀ ਦੁੱਧ ਦੋਆਂ ਟਾਈਮਾਂ ਦਾ ਟੋਟਲ ਬੱਚੇ ਸਮੇਤ 12 ਕਿਲੋ ਵੇ ਸੁਵਾ ਪਹਿਲਾ ਵੇ 6 ਦੰਦੇ ਮਾਸ਼ਾਅੱਲਾ ਜੀ ਇਹ ਪਿੱਛੇ ਦੇ ਬੱਚਾ ਜੀ ਇਹ ਬੱਚਾ ਵੀ ਦੋਸਤਾਂ ਵੇਖ ਲੈਣਾ ਵੇ ਤੇ 6 ਦੰਦੇ ਦਿਨ ਹੋ ਗਏ ਨੇ ਤਕਰੀਬਨ 15 ਅਗ ਮਾਸ਼ਾਅੱਲਾ ਜੀ ਥਾਣਾ ਦੀ ਵੰਡ ਵੀ ਦੋਸਤਾਂ ਚੈੱਕ ਕਰਾ ਦਿੰਨੇ ਆ ਨੰਬਰ ਆ ਗਈ ਹੈ 3 ਤੇ ਪਹਿਲਾ ਵੈਣ ਚੰਗੀ ਸੇਤ ਪਾਉਂਦੇ ਪੁੱਠਾ ਵੀ ਦੋਸਤਾਂ ਵੇਖ ਲੈਣਾ ਯਾਰਾ ਬਈ ਜਾ ਕੇ ਕਰੋ ਹਾਂ ਜ਼ਰਾ ਕੀ ਨਸਲ ਹੈ ਜੀ ਭੱਟੋ ਸਾਹਿਬ ਦੀ ਇਹ ਜੀ ਵਿਲਾਇਤੀ ਤੇ ਚੋਲਸਤਾਨੀ ਇਹ ਵੀ ਵਿਲਾਇਤੀ ਤੇ ਚੋਲਸਤਾਨੀ ਕਰਾਸ ਹੈ ਚੰਗੀ ਸਿਹਤਮੰਦ ਹੈ ਮਾਸ਼ਾਅੱਲਾ ਜੀ ਪਹਿਲਵਾਨ ਪਹਿਲਵਾਨ ਵੈੜ ਆ ਪਿੱਛੇ ਦੇ ਬੱਚਾ ਦੋਸਤਾਂ ਫਿਰ ਚੈੱਕ ਕਰਨਾ ਠੀਕ ਹੈ ਭਾਈ ਜਾ ਕੇ ਲਿਆਓ ਜ਼ਰਾ ਲੰਮੀ ਟੋਰੋ ਜਾ ਕੇ ਕੱਢੋ ਪਹਿਲੇ ਜ਼ਰਾ ਲੰਮੀ ਟੋਰੋ ਜੀ ਫਿਰ ਆਪ ਹੀ ਭਾਈ ਪਰਲੀ ਸਾਈਡ ਤੇ ਹੋਣਾ ਜਾਨਵਰ ਪੂਰਾ ਨਜ਼ਰ ਆਏ ਠੀਕ ਹੈ ਭਾਈ ਇਹ ਮਾਸ਼ਾਅੱਲਾ ਜੀ ਥਣ ਦੋਸਤਾਂ ਨੂੰ ਫਿਰ ਚੈੱਕ ਕਰਾ ਦਿੰਦੇ ਆ ਠੀਕ ਭਾਈ ਲੈ ਚਲੋ ਜੀ ਭੱਟੋ ਸਾਹਿਬ ਕੀ ਰੇਟ ਹੈ ਜੀ ਵੈਰ ਨੰਬਰ 3 ਦਾ ਸਰ ਜੀ 2,55,000 ਰੁਪਏ ਮੁੱਲ ਚਾੜਿਆ ਸੀ ਪਹਿਲੀ ਵੀਡੀਓ ਅੱਛਾ ਠੀਕ ਹੈ ਅੱਜ 5,000 ਰੁਪਏ ਹੋਰ ਡਾਊਨ ਕਰੋ 5 ਹੋਰ ਡਾਊਨ ਹੋ ਗਿਆ 5 ਹੋਰ ਡਾਊਨ ਕਰੋ 2,50 ਹੋ ਗਿਆ ਸਿੱਧਾ ਸਿੱਧਾ 2,50 ਹੋ ਗਿਆ ਜੀ ਸਿੱਧਾ ਹੋ ਗਿਆ ਜੀ ਜ਼ਬਰਦਸਤ ਹੋ ਗਿਆ ਕੀਮਤ ਦੀ ਜੀ 2,00,000 ਤੇ 50,000 ਨੰਬਰ 3 ਤੇ ਚੈੱਕ ਕਰਾਈਏ ਪਹਿਲਨ ਵੈੜ ਮਾਸ਼ਾਅੱਲਾ ਜੀ 6 ਦੰਦੇ ਤੇ ਕੀਮਤ 2,00,000 ਤੇ 50,000 ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 4 ਤੇ ਆ ਗਈ ਹੈ ਪੂਰੀ ਅਸਲੀ ਤੇ ਨਸਲੀ ਚੀਜ਼ ਦੇ ਮਾਸ਼ਾਅੱਲਾ ਜੀ ਤੋਹਫਾ ਹੀ ਆਈ ਦੀ ਵੀਡੀਓ ਦਾ ਇਹ ਵੀ ਪਹਿਲੇ ਨੇ ਜੀ ਦੋ ਦੰਦੇ ਗੱਭਣ ਨੇ ਮਾਸ਼ਾਅੱਲਾ ਜੀ ਤੇ ਇਹ ਹਾਲੇ ਕੱਚੀ ਹੈ ਦਿਨ ਕਿੰਨੇ ਕਲੈਰੀ ਹੈ ਭੱਟੋ ਸਾਹਿਬ 12-14 ਦਿਨ ਲੈਂਦੀ ਹੈ 12-14 ਦਿਨ ਲੈਂਦੀ ਹੈ 15 ਦਿਨ ਹੀ ਲਾ ਲਓ ਜੀ ਜਿਹੜੇ ਦਿਨ ਦੱਸੇ ਦਿਨ ਕੋਈ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ ਭਾਈ ਪਰਤਾ ਕੇ ਲਿਆਓ ਜੀ ਸੁਬਾ ਪਹਿਲਾ ਸੋਣਾ ਮਾਸ਼ਾਅੱਲਾ ਜੀ ਇਹ ਵੀ ਚੁੰਗੀ ਹੈ ਚਿਹਰੇ ਦੀ ਖੂਬਸੂਰਤੀ ਦੋਸਤਾਂ ਵੇਖਣੀ ਹੈ ਕੀ ਨਸਲ ਹੈ ਜੀ ਭੱਟੋ ਸਾਹਿਬ ਦੀ ਆਸਟ੍ਰੇਲੀਅਨ ਕਰਾਸ ਹੈ ਮਾਸ਼ਾਅੱਲਾ ਜੀ ਪਿਆਰੇ ਭਾਈ ਇੱਥੇ ਜ਼ਰਾ ਸਿੱਧੀ ਕਰਕੇ ਖਿਲਾਰੀ ਖੁੱਲੀ ਜਗ੍ਹਾ 'ਤੇ ਕਰੋ ਹਾਂ ਜ਼ਰਾ ਹਾਈਟ ਦੋਸਤਾਂ ਚੈੱਕ ਕਰਾਈਏ ਲਾਮ ਚੈੱਕ ਕਰਾਈਏ ਪਹਿਲਨ ਵੈੜ ਦੋਂਦੀ ਹੈ ਮਾਸ਼ਾਅੱਲਾ ਜੀ ਹੱਥੇ ਭਾਈ ਖਿਲਾਰੋ ਆਪ ਹੀ ਜ਼ਰਾ ਪਰਲੀ ਸਾਈਡ 'ਤੇ ਹੋਵੋ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਹੁਸਨ ਵੇਖਣਾ ਕੁਆਲਿਟੀ ਚੈੱਕ ਇਹ ਵੀ ਚੁੰਗੀ ਹੈ ਪਹਿਲਨ ਨੇ ਦੋ ਦੰਦ ਮਾਸ਼ਾਅੱਲਾ ਜੀ ਨੰਬਰ 4 'ਤੇ ਚੈੱਕ ਕਰਾਉਂਦੇ ਹਾਂ ਫਿਰ ਦਿਨ ਤਕਰੀਬਨ ਕੋਈ
14 ਨਸਲ ਚੰਗੀ ਹੈ, ਆਸਟ੍ਰੇਲੀਅਨ ਕਰਾਸ ਹੈ, ਤੇ ਥਾਣਵੀ ਦੋਸਤਾਂ ਚੈੱਕ ਕਰਾ ਦਿੰਦੇ ਹਾਂ ਮਾਸ਼ਾਅੱਲਾ ਜੀ। ਟੋਰੇ ਭਾਈ ਜਾਂਦਾ ਰਹਾ, ਲੈ ਚਲੋ ਜੀ ਬਟਾ ਸਰ ਕੀ ਰੇਟ ਹੈ ਜੀ ਵੈਡ ਨੰਬਰ? ਸਾਰੀ ਵੈੜੀ ਦੇ ਜਿੰਨੇ ਮਰਜ਼ੀ ਪੈਸੇ ਮੰਗ ਜਾਓ, ਲਾਓ ਜੀ 3,60,000 ਨੂੰ ਲਾ ਦਿਓ। 3,60,000 ਅੱਗੇ ਭਾਈ ਲਿਆਓ ਜੀ ਨੰਬਰ 5 ਵਾਲੀ, ਨੰਬਰ 4 ਤੇ ਚੈੱਕ ਕਰਾਈਏ ਕੀਮਤ ਡਿਮਾਂਡ 3,60,000। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 5 ਤੇ ਆ ਗਈ ਹੈ ਜਰਸੀ ਬ੍ਰਾਂਡ। ਟੋਰੇ ਭਾਈ ਐਂ ਚੈੱਕ ਕਰੋ ਮਾਸ਼ਾਅੱਲਾ ਜੀ, ਖਿਲਾ ਰਹੇ ਉੱਥੇ ਜੀ, ਚਿਹਰਾ ਤਾਂ ਸਾਹਮਣੇ ਕਰਿਓ, ਸਕੂਨ ਨਾਲ ਈਜ਼ੀ ਹੋ ਗਿਆ ਮਾਸ਼ਾਅੱਲਾ। ਅੱਖ ਮੋਟੀ ਹੈ ਜੀ, ਕੰਨ ਛੋਟੇ ਨੇ, ਚਿਹਰੇ ਦੀ ਖੂਬਸੂਰਤੀ ਵੇਖਣੀ ਹੈ, ਮੱਥੇ 'ਚ ਬੈਂਡ ਵੀ ਹੈ, ਇਹ ਵੇ ਜੀ ਜਰਸੀ ਤੋਹਫਾ ਮਾਸ਼ਾਅੱਲਾ ਜੀ। ਜੀ ਭੱਟੋ ਸਾਹਿਬ ਕਿਨਵਾਂ ਸੁਭਾਅ ਨੇ ਸੁਣਿਆ? ਇਹ ਵੀ ਪਹਿਲਾਂ ਨੇ ਮਾਸ਼ਾਅੱਲਾ ਜੀ। ਕਿੰਨੇ ਦਿੰਦੇ ਆ? ਦੋਂਦੀ ਹੈ, ਸੁਭਾਅ ਪਹਿਲਾਂ ਸੁਣਿਆ, ਚੈੱਕ ਜੇ ਕੀਤੀ ਹੈ ਤੇ ਫਿਰ ਨਹੀਂ ਤੇ ਦੋਸਤਾਂ ਨੂੰ ਕਲੀਅਰ ਹੈ, ਜ਼ਰਾ ਵੇਖ ਲਓ ਬਾਈ, ਚੈੱਕ ਕਰੋ ਦੋਂਦੀ ਜੇ, ਈਜ਼ੀ ਬਤਾ ਤੰਗ ਨਾ ਕਰਿਓ, ਚਲੋ ਰਹਿਣ ਦਵੋ, ਬਾਅਦ ਚੋ ਜਿਹੜਾ ਨਾ ਜਿਹੜਾ ਦੋਸਤ ਖੀਰੀ ਸਰ ਤੁਹਾਨੂੰ ਦੋਂਦੀ ਕੀ ਖੀਰੀ, ਚਲੋ ਦੋਂਦੀ ਕੋ ਤੂੰ ਦੋਂਦੀ, ਕੋਈ ਗੱਲ ਨਹੀਂ ਦੋਂਦੀ ਬੱਚੀ, ਠੀਕ ਹੈ। ਟੋਰੇ ਭਾਈ ਜਾਨ ਸੁਬਾ ਪਹਿਲਾ ਸੁਣਾ ਮਾਸ਼ਾਅੱਲਾ ਜੀ, ਨੰਬਰ 5 ਤੇ ਚੈੱਕ ਕਰਾਨੇ ਆ ਪੇ, ਜਰਸੀ ਦੀ ਹਾਈਟ ਪੂਰੀ ਹੁੰਦੀ ਹੈ ਮਾਸ਼ਾਅੱਲਾ ਜੀ, ਤੇ ਦਿਨ ਕਿੰਨੇ ਕਿ ਲੈ ਰਹੀ ਹੈ ਭੱਟੋ ਸਾਹਿਬ? ਇਹ ਦਿਨ ਜੀ ਆਈਏ ਜੀ 5-7 ਦਿਨ ਲੈ ਕੇ, ਖਲਾਰੇ ਭਾਈ ਇੱਥੇ ਖਲਾਰੇ, ਜ਼ਰਾ 5-7 ਦਿਨ ਲਿੰਦੀ ਹੈ ਭਈ, ਕਾਲੇ ਥਣ ਲੱਗੇ ਨੇ ਮਾਸ਼ਾਅੱਲਾ ਜੀ, ਪ੍ਰਿੰਟ ਵੀ ਜ਼ਬਰਦਸਤ ਹੈ ਭਾਈ, ਲਿਆਓ ਜ਼ਰਾ ਢੋਲ ਕੇ ਲਿਆਓ ਜੀ। ਨੰਬਰ 5 ਤੇ ਚੈੱਕ ਕਰਾਨੇ ਆ ਪੇ, ਚਿਹਰੇ ਦੀ ਖੂਬਸੂਰਤੀ ਦੋਸਤਾਂ ਫਿਰ ਵੇਖਣੀ ਮਾਸ਼ਾਅੱਲਾ ਜੀ, ਜਰਸੀ ਦੇ ਕੋਈ ਵਿੱਚ ਹਲਕਾ ਜਿਹਾ ਐਵੇਂ ਚੁਲਸਤਾਨੀ ਦਾ ਟੱਚ ਹੋਣਾ ਵੇ, ਜ਼ਿਆਦਾ ਜਰਸੀ ਹੈ ਭਾਈ, ਇੱਥੇ ਖਿਲਾਰੇ ਜ਼ਰਾ, ਖਾਣ ਵੀ ਦੋਸਤਾਂ ਚੈੱਕ ਕਰਾ ਦਿੰਦੇ ਹਾਂ ਮਾਸ਼ਾਅੱਲਾ ਜੀ, ਕਾਲੇ ਥਣ ਲੱਗੇ ਨੇ, ਨੰਬਰ ਆ ਗਈ ਹੈ 5 ਤੇ, ਠੀਕ ਹੈ ਭਾਈ ਲੈ ਚਲੋ ਜੀ। ਜੀ ਭੱਟੋ ਸਾਹਿਬ ਕੀ ਰੇਟ ਹੈ ਜੀ ਵੈਡ ਨੰਬਰ 5 ਦਾ? ਇਹਦਾ ਜੀ 3,55,000। 3,55,000 ਸਾਢੇ 3 ਹੀ ਕਰ ਛੋੜੋ ਸਿੱਧਾ ਸਿੱਧਾ ਜੀ, ਚਲੋ ਜੀ ਸਰ ਸਾਢੇ 3 ਕਰੋ ਜੀ। ਜੀ ਬਿਹਤਰ ਹੋ ਗਿਆ, ਨੰਬਰ 5 ਤੇ ਚੈੱਕ ਕਰਾਈਏ ਕੀਮਤ ਡਿਮਾਂਡ 3,50,000 ਅੱਗੇ ਭਾਈ ਲਿਆਓ ਜੀ ਨੰਬਰ 6 ਵਾਲੀ, ਅੱਗੇ ਆ ਗਈ ਮਾਸ਼ਾਅੱਲਾ ਜੀ ਭਾਈ, ਜਾ ਕੇ ਲਾਇਆ ਕਰੋ ਜ਼ਰਾ, ਪਹਿਲੇ ਲਾਇਆ ਕਰੋ, ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 6 ਤੇ ਆ ਗਈ, ਇਹ ਵੀ ਚੈੱਕ ਕਰੋ ਜੀ, ਇਹ ਵੀ ਮੋਨੀ ਹੈ, ਹੁਸਨ ਦੋਸਤਾਂ ਦਾ ਵੇਖਣਾ ਭਾਈ, ਖਿਲਾ ਰਹੇ ਜੀ, ਇਹ ਵੀ ਆਈ ਜੀ ਵੀਡੀਓ ਦਾ ਬ੍ਰਾਂਡ ਹੀ ਹੈ, ਕਿਨਵਾਂ ਸੁਆ ਭੱਟੋ ਸਾਹਿਬ ਦਾ ਪਹਿਲਾਂ ਭਾਈ, ਜ਼ਰਾ ਤੁਸੀਂ ਜਾਨਵਰ ਤੰਗ ਕਰਦੇ ਨੇ, ਜ਼ਰਾ ਉਹਨਾਂ ਨੂੰ ਤੰਗ ਕਰ ਛੋੜੋ ਮਿਹਰਬਾਨੀ ਕਰਕੇ, ਦੋ ਦਾਂਦੇ ਪਹਿਲਾਂ ਨੇ ਮਾਸ਼ਾਅੱਲਾ ਜੀ, ਪਿੱਛੇ ਜਾ ਕੇ ਭਾਈ ਇਹਦੇ, ਇਹ ਪਿੱਛੇ ਦੇ ਬੱਚੀ ਹੈ, ਆਪੀ ਵੀ ਪਹਿਲਾਂ ਬੱਚੀ ਹੈ, ਪਿੱਛੇ ਵੀ ਇਹਦੇ ਬੱਚੀ ਹੈ, ਨਾੜੂ ਸਾਹਮਣੇ ਨਜ਼ਰ ਆਉਂਦਾ ਪਿਆ, ਨਾੜੂ ਦੋਸਤਾਂ ਵੇਖਣਾ, ਬੈਠ ਦੇ ਚਿਹਰੇ ਦੀ ਖੂਬਸੂਰਤੀ ਦੋਸਤਾਂ ਵੇਖ ਲੈਣੀ ਹੈ। ਭੱਟੋ ਸਾਹਿਬ ਦੋ ਦਾਂਦੇ ਜੀ, ਦੋ ਦਾਂਦੇ ਕਿੱਦਾਂ ਦੀ ਸੂਈ ਹੈ ਜੀ? ਪਰਸੋਂ ਸ਼ਾਮ ਦੀ ਸੂਈ ਹੈ, ਪਰਸੋਂ ਸ਼ਾਮ ਦੀ ਸੂਈ ਹੈ ਮਾਸ਼ਾਅੱਲਾ ਜੀ ਭਾਈ, ਇੱਥੇ ਖਿਲਾ ਰਹੇ ਹੋ ਜੀ, ਇਹ ਚੈੱਕ ਕਰੋ ਜੀ, ਪਹਿਲਾਂ ਹੋ ਕੇ ਥਾਣਾ ਦੀ ਵੰਡ ਵੀ ਦੋਸਤਾਂ ਵੇਖ ਲੈਣੀ ਹੈ, ਐਂ ਜੀ ਜਿਵੇਂ ਪੀੜੀ ਦੇ ਪਾਵੇ ਲੱਗੇ ਹੋਣ ਤੇ ਥਾਣੇ ਆ ਵੀ ਮਾਸ਼ਾਅੱਲਾ ਜੀ ਸੋਹਣੇ ਨੇ। ਟੋਰੇ ਭਾਈ ਜਾਨ ਕਿੰਨਾ ਕੁ ਬੋਲਾ ਭੱਟੋ ਸਾਹਿਬ ਦੇ ਕੋਲ? ਬੋਲਾ ਇਸ ਵੇਲੇ 16-17 ਕਿਲੋ ਬੋਲਾ, ਦੋਹਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਜਿਹੜਾ ਬੋਲਾ ਵੇ ਕੋਈ 16 ਕੁ ਕਿਲੋ ਵੇ। ਸੁਬਾਹ ਪਹਿਲਾਂ ਮਾਸ਼ਾਅੱਲਾ ਜੀ, ਪੁੱਠਾ ਵੀ ਦੋਸਤਾਂ ਵੇਖ ਲੈਣਾ, ਕਰਮ ਵਾਲੀਆਂ ਦੋ ਹੀ ਨੇ, ਪਿੱਛੇ ਦੇ ਬੱਚੀ ਹੈ ਮਾਸ਼ਾਅੱਲਾ ਜੀ। ਟੋਰੋ ਭਾਈ ਜ਼ਰਾ ਟੋਰ ਕੇ ਲਿਆਓ, ਪੂਰੀ ਤਸੱਲੀ ਕਰਾਓ, ਕੀ ਹੋ ਗਿਆ ਤੁਹਾਨੂੰ, ਕੀ ਨਸਲ ਹੈ ਜੀ ਭੱਟੋ ਸਾਹਿਬ ਦੀ? ਆਸਟ੍ਰੇਲੀਅਨ ਕਰਾਸ ਹੈ ਮਾਸ਼ਾਅੱਲਾ ਜੀ, ਠੀਕ ਹੈ ਭਾਈ ਲਿਆਓ ਜੀ ਮਾਸ਼ਾਅੱਲਾ ਜੀ, ਇਹ ਵੀ ਮੋਨੀ ਹੈ ਸ਼ਹਿਜ਼ਾਦੇ ਬੱਚੇ, ਅੱਗੇ ਲਿਆ ਜੀ, ਇਹ ਮਾਸ਼ਾਅੱਲਾ ਜੀ ਵੈਡ ਦਾ ਚਿਹਰਾ ਵੀ ਦੋਸਤਾਂ ਵੇਖ ਲੈਣਾ, ਪਿੱਛੇ ਦੇ ਬੱਚੀ, ਨਾੜੂ ਵੀ ਦੋਸਤਾਂ ਚੈੱਕ ਕਰਾਇਆ, ਠੀਕ ਹੈ ਭਾਈ ਲੈ ਚਲੋ ਜੀ, ਜ਼ਰਾ ਲੰਮੀ ਢੋਲ ਕੇ ਲੈ ਚਲੋ ਛੋਟੇ ਭਾਈ, ਜਾ ਅੱਗੇ ਕਰੋ ਜੀ। ਭੱਟੋ ਸਾਹਿਬ ਕੀ ਰੇਟ ਹੈ ਜੀ ਵੈਡ ਨੰਬਰ 6 ਦਾ? ਜੀ ਵੈਡੀ ਜਿੰਨੇ ਮਰਜ਼ੀ ਪੈਸੇ ਮੰਗੋ, ਤੇ ਕੋਈ ਸ਼ੌਕ ਠਰਕ ਵਾਲੀ ਵਿੱਚ ਹੀ ਹੈ, ਐਂ ਜੀ ਗੱਲ ਹੈ ਜੀ, ਸ਼ੌਕੀਆ ਚੀਜ਼ ਹੈ ਮੇਰੀ ਗੱਲ, ਇੱਥੇ ਸ਼ੌਕ ਹੀ ਕਰਾਣੇ ਨੇ, ਫਿਰ ਇਹਦੇ ਰੇਟ ਨਹੀਂ ਲਵਾਣੇ, ਠੀਕ ਹੈ ਇਹ ਸਰ ਜੀ ਲਾਓ ਤੇ 4,35,000 ਰੁਪਏ ਲਾ ਦਿਓ, 4,35,000 ਨੰਬਰ 6 ਤੇ ਚੈੱਕ ਕਰਾਈਏ ਪਹਿਲਾਂ ਵੈਡ, ਕੀਮਤ ਡਿਮਾਂਡ 4,35,000, ਪੁੱਠਾ ਵੀ ਦੋਸਤਾਂ ਚੈੱਕ ਕਰਾ ਦਿੰਦੇ ਹਾਂ ਮਾਸ਼ਾਅੱਲਾ ਜੀ, ਚੰਗੀ ਖੂਬਸੂਰਤ ਚੀਜ਼ ਹੈ, ਪਿੱਛੇ ਦੇ ਬੱਚੀ ਅੱਗੇ ਭਾਈ ਲਿਆਓ ਜੀ ਨੰਬਰ
ਸੱਤ ਵਾਲੀ ਪਿਛਲੀ ਵੀਡੀਓ ਚ ਵੀ ਇਹੋ ਜਿਹਾ ਇੱਕ ਕਾਦਾਵਰ ਜਾਨਵਰ ਸ਼ਾਮਿਲ ਸੀ ਤੇ ਅੱਜ ਵੀ ਮਾਸ਼ਾਅੱਲਾ ਚੰਗੀ ਨਾਮੀ ਗ੍ਰਾਮੀ ਚੀਜ਼ ਆਈ ਹੈ, ਚੰਗੀ ਹਾਈਟ ਆਈ ਦੀ ਵੀਡੀਓ ਦੀ ਸਭ ਤੋਂ ਪਹਿਲਵਾਨ ਚੀਜ਼ ਹੈ। ਲਿਬਾਸ ਵੀ ਚੰਗਾ ਕੀਤਾ ਹੈ ਗੱਬਣ ਜੀ, ਗੱਬਣ ਗੱਬਣ ਮੈਦਾਨ ਪੂਰਾ ਵਾਲਾ ਹੜਿਆ ਭਾਈ ਇੱਥੇ ਖਿਲਾ ਰਹੇ ਹੋ ਆਪੀ ਭਰਲੀ ਸਾਈਡ ਤੇ ਹੋ। ਆਹ ਮਾਸ਼ਾਅੱਲਾ ਜੀ ਚੈੱਕ ਕਰੋ ਜੀ, ਸਾਰੀਆਂ ਗਾਵਾਂ ਦੀ ਇੰਨੀ ਹਾਈਟ ਇੰਨੀ ਲਾਮ ਨਹੀਂ ਹੁੰਦੀ, ਕਿੱਡੀ ਜਸਾਮਤ ਤੇ ਕੰਨ ਛੋਟੇ ਨੇ ਮਾਸ਼ਾਅੱਲਾ ਜੀ, ਚਿਹਰਾ ਵੀ ਦੋਸਤਾਂ ਵੇਖ ਲੈਣਾ, ਲਾਮ ਕਾਫੀ ਹੈ। ਕਿੰਨਵਾ ਸੁਆ ਨੇ ਸੁਣਿਆ ਜੀ? ਸੁਆ ਤੀਸਰਾ ਸੁਣਿਆ, ਨੰਬਰ 7 ਚੈੱਕ ਕਰਾਣਾ ਭਾਈ, ਟੋਰਿਓ ਜ਼ਰਾ ਲੰਮੀ ਟੋਰਿਓ। ਕਿੰਨੇ ਕਿ ਦਿਨ ਲੈ ਰਹੀ ਹੈ? 25 ਤਰੀਕ ਨੂੰ ਮੈਂ ਦਿਨ ਪੂਰੇ ਹੁੰਦੇ ਜੇ। 25 ਜਨਵਰੀ ਨੂੰ? ਜੀ ਜੀ ਠੀਕ ਹੈ। ਅੱਜ 10 ਯਾਨੀ ਕਿ ਹਲੇ ਵੀ 15 ਦਿਨ ਬਾਕੀ ਨੇ। ਜੀ ਜੀ ਲੇਕਿਨ ਮਾਸ਼ਾਅੱਲਾ ਜੀ ਖਿਲਾਰੇ ਭਾਈ ਜਾਨ, ਲਿਬਾਸ ਸੋਹਣਾ ਕਰ ਗਈ ਹੈ, ਸੁਆ ਤੀਸਰਾ ਸੁਣਿਆ, ਨੰਬਰ ਆ ਗਈ ਹੈ 7 ਤੇ ਤਕਰੀਬਨ ਹਲੇ 15 ਦਿਨ ਬਾਕੀ ਨੇ ਇਹਦੇ ਦਿਨ ਪੂਰੇ ਹੋਣ 'ਚ। ਕੀ ਨਸਲ ਹੈ ਭੱਟੋ ਸਾਹਿਬ ਦੀ? ਠੀਕ ਹੈ ਭਾਈ, ਪ੍ਰਤਾਕ ਲਿਆਓ ਜ਼ਰਾ। ਇਹ ਮਾਸ਼ਾਅੱਲਾ ਜੀ ਤੁਹਾਨੂੰ ਵੀ ਦੋਸਤਾਂ ਵੇਖ ਲੈਣਾ, ਪ੍ਰਤਾਕ ਲਿਆਓ ਵੱਡੀ ਮਾਸ਼ਾਅੱਲਾ ਜੀ, ਪਹਿਲਵਾਨ ਨਵਾਬ ਨਾਮੀ ਗ੍ਰਾਮੀ ਚੀਜ਼ ਨੰਬਰ 7 ਚੈੱਕ ਕਰਾਉਂਦੇ ਹਾਂ ਪੇ। ਸੁਬਾ ਤੀਸਰਾ ਸੋਹਣਾ, ਆਸਟ੍ਰੇਲੀਅਨ ਨਸਲ ਹੈ ਭਾਈ, ਇਹਨੂੰ ਜ਼ਰਾ ਲੰਮੀ ਟੋਕ ਕੇ ਖੜੇ ਹੋ, ਪੂਰਾ ਦੋਸਤਾਂ ਨੂੰ ਸ਼ੋਕਰ ਆਇਆ। ਇਹ ਮਾਸ਼ਾਅੱਲਾ ਜੀ ਤੁਹਾਨੂੰ ਵੀ ਦੋਸਤਾਂ ਵੇਖ ਲੈਣੇ, ਠੀਕ ਹੈ ਭਾਈ ਲੰਮੀ ਟੋਕ ਕੇ ਲੈ ਚੱਲੋ ਜੀ, ਅਤੇ ਟੋਰ ਵੀ ਦੋਸਤਾਂ ਵੇਖਣੀ ਮਾਸ਼ਾਅੱਲਾ ਜੀ। ਠੀਕ ਹੈ ਭਾਈ ਲਾਭ ਜੀ, ਜੀ ਭੱਟੋ ਸਾਹਿਬ ਕੀ ਰੇਟ ਜੀ ਤੁਸੀਂ? ਅੱਛਾ ਪਿਆਰ ਮੁਹੱਬਤ ਹੈ, ਠੀਕ ਹੈ। ਇਹ ਹਲੇ ਦਿਨ ਤਕਰੀਬਨ 15 ਕੁ ਲੈਂਦੀ ਹੈ, ਅਗਰ ਕਿਸੇ ਦੋਸਤ ਭਾਈ ਦੀ ਸਮਝ 'ਚ ਆਉਂਦੀ ਹੈ, ਭੱਟੋ ਸਾਹਿਬ ਦਾ ਨੰਬਰ ਸਕਰੀਨ 'ਤੇ ਆ ਰਿਹਾ, ਦੋਸਤ ਕਾਲ ਕਰਕੇ ਰਾਬਤਾ ਕਰ ਸਕਦੇ ਨੇ, ਇਨਸ਼ਾਅੱਲਾ ਪਿਆਰ ਮੁਹੱਬਤ ਹੋਈ ਇਹਦਾ। ਮਜ਼ੀਦ ਕੋਈ ਦੋਸਤਾਂ ਵਾਸਤੇ ਪੈਗਾਮ? ਮਿਹਰਬਾਨੀ ਸਰ, ਬੜਾ ਅੱਲਾ ਦੇ ਫਜ਼ਲੋ ਕਰਮ ਨਾਲ ਸਾਨੂੰ ਵੀ ਮਜ਼ਾ ਆਇਆ ਮਾਲ ਵੇਚਣ ਦਾ, ਤੇ ਇਨਸ਼ਾਅੱਲਾ ਦੋਸਤਾਂ ਨੂੰ ਮਜ਼ਾ ਪੁੱਛੋ, ਕੋਈ ਸਾਡੇ ਮਾਲ 'ਚ ਕੋਈ ਫਰਕ ਨਹੀਂ ਨਿਕਲਿਆ। ਜ਼ਿੰਦਾਬਾਦ, ਅੱਛੀ ਗੱਲ ਹੈ ਜੀ, ਅੱਲਾ ਦੇ ਫਜ਼ਲੋ ਕਰਮ ਮਾਲ ਐਂ ਜੀ ਵੇਚਣਾ ਮੇਰਾ, ਔਰ ਮੇਰੀ ਇਸ ਚੀਜ਼ ਦੀ ਅਪੀਲ ਵੀ ਹੈ ਔਰ ਤਰਲਾ ਵੀ ਹੈ ਕਿ ਮਾਲ ਜਿੱਥੋਂ ਲੈਣਾ ਉਹਦੀ ਸਫਾਈ ਕਰੋ, ਦੋ ਟਾਈਮ ਚੋਕ ਖੜੋ, ਠੀਕ ਹੋ ਗਿਆ? ਕਿਸੇ ਐਨ ਕਹੋ ਕੋਈ ਯਾਰ ਵੀਡੀਓ ਵਿੱਚ ਦੱਸ ਦੇ ਕੁਝ ਨਹੀਂ ਬਣਦਾ ਕੁਝ, ਠੀਕ ਹੈ? ਮੈਂ ਜਿਹੜੀ ਜਰਸੀ ਵਲੈਤਨ ਵਿਹੜੀ ਸੀ, ਉਹਦਾ 18 ਡੱਬੇ ਦੁੱਧ ਦੱਸਿਆ ਸੀ, ਕਾਲੇ ਪਹਾੜਾਂ ਗਈ 22 ਕਿਲੋ, ਮੈਂ ਇਨਸ਼ਾਅੱਲਾ ਮੈਂ ਦੁੱਧ ਚਵਾ ਦਿੱਤਾ, ਮੈਂ ਜੇ ਮੇਰੀ ਵਿਹੜੀ 22 ਕਿਲੋ ਦੁੱਧ ਨਾ ਦੇ, ਮੈਂ ਵਿਹੜੀ ਫਰੀ ਦੇਵਾਂਗਾ। ਜ਼ਿੰਦਾਬਾਦ, ਠੀਕ ਹੈ। ਅੱਲਾ ਦੇ ਫਜ਼ਲੋ ਕਰਮ ਨੂੰ ਉਹਨੇ ਕਿਹਾ ਮਨ ਚੜਿਆ ਜੀ, ਮਾਸ਼ਾਅੱਲਾ, ਠੀਕ ਹੈ, ਜ਼ਬਰਦਸਤ। ਇਹ ਵੀ ਅੱਲਾ ਦੇ ਫਜ਼ਲੋ ਕਰਮ, ਉਹ ਚੀਜ਼ਾਂ ਨੇ ਉਹਦਾ ਜਿਹੜੇ ਵੱਡੀ ਗਾਂ ਦਾ ਦੁੱਧ ਹੈ ਨਾ, ਉਹ ਨਾਮ ਦੱਸਣਾ ਮੈਂ ਇਸ ਗਾਂ ਨੂੰ, ਮਾਣ ਅੱਲਾ ਦੇ ਫਜ਼ਲੋ ਕਰਮ, ਮੈਂ ਦੁੱਧ ਕੋਈ ਨਹੀਂ ਆਉਂਦਾ ਮਾਣ, ਠੀਕ ਹੈ? 20 ਸਿਰ ਉਸ ਵੇਲੇ 20 ਕਿਲੋ ਉਸ ਵੇਲੇ ਨਸਲ ਚੰਗੀ, ਹਾਂਜੀ ਨਸਲ ਚੰਗੀ ਅੱਲਾ ਦੇ, ਅੱਲਾ ਸੋਨੇ ਜੋ ਮਨਜ਼ੂਰ ਹੈ ਜੀ, ਠੀਕ ਹੈ, ਸ਼ੁਕਰੀਆ ਮਿਹਰਬਾਨੀ ਜਨਾਬ ਜੀ ਭੱਟੋ ਸਾਹਿਬ, ਠੀਕ ਸਰ, ਬਹੁਤ ਸ਼ੁਕਰੀਆ ਮਾਸ਼ਾਅੱਲਾ ਜੀ, ਸ਼ੌਕ ਅੱਜ ਵੀ ਛੱਕ ਰਿਹਾ, ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ। ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼।